ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਦਾ, ਉਹ ਕਾਰ ਵਾਲਾ ਦੌੜ ਜਾਂਦਾ, ਗੱਡੀ ਵਾਲਾ ਦੌੜ ਜਾਂਦਾ, ਉਹਦਾ ਪਤਾ ਨਹੀਂ ਲੱਗਦਾ ਕਿ ਕਿੰਨੇ ਐਕਸੀਡੈਂਟ ਕੀਤਾ ਕੀ ਕੀਤਾ। ਉਹਦਾ ਜਿੱਥੇ ਵੀ ਲਾਗੇ ਦਾ ਕੋਈ ਥਾਣਾ ਪੈਂਦਾ ਜਿੱਥੇ ਉਹ ਐਕਸੀਡੈਂਟ ਹੁੰਦਾ, ਉਹ ਥਾਣੇ ਦੇ ਵਿੱਚ ਉਹਦੀ FIR ਦਰਜ ਜ਼ਰੂਰ ਹੋਣੀ ਚਾਹੀਦੀ ਆ। FIR ਦਰਜ ਹੋ ਕੇ ਫਿਰ DC ਦਫ਼ਤਰ ਇੱਕ ਸੈੱਲ ਬਣਿਆ ਹੋਇਆ, ਉੱਥੇ ਤੁਸੀਂ ਉਹ ਆਪਣੀ ਇੱਕ ਦਰਖਾਸਤ ਦੇਣੀ। ਉਹ ਦਰਖਾਸਤ ਤੋਂ ਬਾਅਦ ਉਹ ਤੁਹਾਡੀ ਪੂਰੀ ਇਨਕੁਆਇਰੀ ਹੋਵੇਗੀ ਵੀ ਠੀਕ ਐਕਸੀਡੈਂਟ ਹੋਇਆ, ਜੇ ਕਿਤੇ ਸੱਟਾਂ ਲੱਗੀਆਂ ਜ਼ਿਆਦਾ ਲੱਗੀਆਂ, ਜਿੰਨਾ ਵੀ ਉਹਦਾ ਖਰਚਾ ਹੋਇਆ, ਉਹ ਫਿਰ ਤੁਹਾਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਸਰਕਾਰ ਵੱਲੋਂ DC ਵੱਲੋਂ ਦਿੱਤਾ ਜਾਏਗਾ। ਹੁਣ ਜਿੱਦਾਂ ਸਾਡੇ ਉਹ ਬੱਚਿਆਂ ਦਾ ਪਤਾ ਤਾਂ ਲੱਗ ਗਿਆ ਜਿਹਦੇ ਨਾਲ ਹੋਇਆ, ਪਰ ਉਹ ਜਿਹੜੀ ਦੂਸਰੀ ਪਾਰਟੀ ਆ ਉਹ ਅਜੇ ਕੋਈ ਸਹਿਯੋਗ ਨਹੀਂ ਸਾਡਾ ਕਰ ਰਹੀ। ਫਰਜ਼ ਤਾਂ ਉਹਨਾਂ ਦਾ ਇਹ ਬਣਦਾ ਸੀ ਕਿ ਐਕਸੀਡੈਂਟ ਹੋਇਆ, ਕੋਈ ਨਹੀਂ ਜੋ ਹੋ ਗਿਆ ਅਸੀਂ ਇਹਦਾ ਖਰਚਾ ਦੇਵਾਂਗੇ, ਥੋੜ੍ਹਾ ਦੇਵਾਂਗੇ ਜਾਂ ਜਿੰਨਾ ਵੀ ਦੇਵਾਂਗੇ। ਉਹ ਬਿਲਕੁਲ ਵੀ ਅਜੇ ਸਾਡੀ ਗੱਲ ਨਹੀਂ ਮੰਨ ਰਹੇ। ਹੁਣ ਉਹਦੀ FIR ਦਰਜ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਚਿਰ ਹੋ ਜਾਵੇ ਫਿਰ ਅਗਲੀ ਕਾਰਵਾਈ ਹੋਏਗੀ। ਅੱਜ ਤੁਸੀਂ ਸਿਰਫ ਇੰਨਾ ਹੀ ਮਨ 'ਚ ਰੱਖੋ ਵੀ ਜੇਕਰ ਕਿਤੇ ਤੁਹਾਡੇ ਇਲਾਕੇ ਦੇ ਵਿੱਚ ਕਦੀ ਕਿਸੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ, ਪਤਾ ਨਹੀਂ ਲੱਗਦਾ ਕਿ ਕੌਣ ਮਾਰ ਗਿਆ, ਲੋਕ ਉੱਦਾਂ ਹੀ ਚੁੱਪ ਕਰਕੇ ਫਿਰ ਬਹਿ ਜਾਂਦੇ ਨੇ ਵੀ ਪਤਾ ਨਹੀਂ ਕੌਣ ਮਾਰ ਗਿਆ, ਅਣਪਛਾਤਾ ਵੀ ਮਾਰ ਗਿਆ। ਔਰ ਅਣਪਛਾਤੇ ਦੇ ਤੌਰ 'ਤੇ FIR ਦਰਜ ਜਿਹੜੀ ਆ ਹੋ ਜਾਂਦੀ ਆ ਥਾਣੇ 'ਚ, ਉਹ ਬਹੁਤ ਜ਼ਰੂਰੀ ਆ। ਉਹਦੇ ਮੁਤਾਬਕ ਫਿਰ ਐਪਲੀਕੇਸ਼ਨ ਤੁਹਾਡੀ ਜਿਹੜੀ ਆ ਲਾ ਕੇ DC ਦਫ਼ਤਰ ਉੱਥੇ ਤੁਹਾਨੂੰ ਮੁਆਵਜ਼ਾ ਮਿਲੇਗਾ। ਬਾਕੀ ਹੋਰ ਜਿਹੜੀਆਂ ਕਾਨੂੰਨੀ ਸਮਾਵਾਂ ਨੇ ਜਿਹੜੇ ਸਾਡੇ ਅਧਿਕਾਰ ਨੇ, ਉਹ ਜੇ ਸਾਡੇ ਅਧਿਕਾਰ ਸਾਨੂੰ ਨਹੀਂ ਮਿਲਦੇ ਤਾਂ ਅਸੀਂ ਉਹ ਸਵਾਵਾਂ ਬਦਲੇ ਲੈਣ ਮਾਰਿਆਂ ਅਦਾਲਤਾਂ ਦੇ ਵਿੱਚ ਅਸੀਂ ਕੇਸ ਕਰ ਸਕਦੇ ਹਾਂ। ਉਹਦੇ ਬਾਰੇ ਤੁਹਾਨੂੰ ਕਿਹੜੀ ਕਿਹੜੀ ਹੋਰ ਅਧਿਕਾਰ ਨੇ ਉਹ ਤੁਹਾਨੂੰ ਕਿਸੇ 3 ਦਿਨ ਸਾਡਾ ਇਹ ਸੈਮੀਨਾਰ ਹੀ, ਇੱਕ ਕੱਲ੍ਹ ਇੱਕ ਅਗਲੇ ਹਫ਼ਤੇ ਦੇਖ ਲਾਂਗੇ, 13 ਤਰੀਕ ਤੱਕ 3 ਨੇ, ਇੱਕ ਦਿਨ ਆਹ